ਸਭਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਸਾ ਨਹੀਂ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਵਰਲਡ ਜਿਮ ਦ ਵਨ ਵਰਡ ਫੋਰ ਫਿਟਨੈਸ ਜਿਹਨੇ ਮੇਰੀ ਜ਼ਿੰਦਗੀ 'ਚ ਮੇਰੇ ਫਿਟਨੈਸ ਗੋਲਸ ਨੂੰ ਮੈਨੂੰ ਅਚੀਵ ਕਰਨ 'ਚ ਬਹੁਤ ਮਦਦ ਕੀਤੀ ਅੱਜ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਉਸ ਜਿਮ ਵਿੱਚ ਮਿਲਾਵਾਂਗਾ ਉਹਨਾਂ ਦੇ ਟ੍ਰੇਨਰਸ ਨਾਲ ਅਤੇ ਮਿਲਾਵਾਂਗਾ ਤੁਹਾਨੂੰ ਲੋਕਾਂ ਨਾਲ ਅਤੇ ਉਹਨਾਂ ਦੇ ਕੁਝ ਰਿਵਿਊਜ਼ ਲਵਾਂਗੇ ਅਤੇ ਲੈਟਸ ਗੋ ਔਨ ਦ ਜਰਨੀ ਆਫ ਦ ਫਿਟਨੈਸ ਟੁਗੈਦਰ ਵੈਲਕਮ ਐਵਰੀਵਨ ਚਲੋ ਸਿੱਧਾ ਚਲੀਏ ਜਿਮ 'ਚ ਆਈਏ ਨਾ ਜਿਮ ਐਂਡ ਮਿਲਾ ਯੈਸ ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਉਸ ਇਨਸਾਨ ਨਾਲ ਜਿਹਨੇ ਮੇਰੇ ਫਿਟਨੈਸ ਗੋਲ ਨੂੰ ਅਚੀਵ ਕਰਨ 'ਚ ਮੇਰੀ ਬੜੀ ਮਦਦ ਕੀਤੀ ਕੁਮਾਰ ਸਰ ਜਿਹੜੇ ਕਿ ਸਾਡੀ ਜਿਮ ਦੀ ਸ਼ਾਨ ਨੇ ਅਤੇ ਅੱਜ ਤੁਹਾਨੂੰ ਦੱਸਣਗੇ ਆਪਣੇ ਕੁਝ ਸੀਕਰੇਟ ਜਿਹਦੇ ਨਾਲ ਤੁਸੀਂ ਵੀ ਆਪਣੇ ਜਿਮ ਸਾਡੇ ਜਿਮ 'ਚ ਆ ਕੇ ਤੁਸੀਂ ਆਪਣੇ ਫਿਟਨੈਸ ਗੋਲ ਨੂੰ ਅਚੀਵ ਕਰ ਸਕਦੇ ਹੋ ਕੁਮਾਰ ਸਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ 10-12 ਸਾਲਾਂ ਤੋਂ ਫਿਟ ਰਿਹਾ ਮੈਂ ਬੜੇ ਹੀ ਮੈਂਬਰ ਮੇਰੇ ਕੋਲ ਉੱਥੋਂ ਫਿੱਟ ਹੋ ਕੇ ਗਏ ਨੇ ਅਤੇ ਆਪਣਾ ਸਾਰਾ ਕਾਰਡੀਓ ਸੈਕਸ਼ਨ ਹੈ ਐਂਡ ਸਟਰੈਂਥਿੰਗ ਦਾ ਹੰਬਲ ਏਰੀਆ ਹੈ ਕਾਰਡੀਓ ਸੈਕਸ਼ਨ ਪ੍ਰੋਪਰ ਇੱਥੇ ਹੈਗਾ ਟ੍ਰੈਡਮਿਲ ਸਾਈਕਲਿੰਗ ਪ੍ਰੋਫੈਸ਼ਨਲ ਐਟਸੈਟਰਾ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਸਾਡੇ ਜਿਮ ਦੇ ਵਨ ਐਂਡ ਓਨਲੀ ਇੰਦਰ ਭਾਜੀ ਜਿਹੜੇ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਸਿੰਸ ਦਾ ਟਾਈਮ ਇਹਨਾਂ ਨੇ ਜਿਮ ਜੁਆਇਨ ਕੀਤਾ ਹਾਊ ਯੂ ਫੀਲ ਇੰਦਰ ਭਾਜੀ ਮੈਂ ਜਿਮ ਦੇ ਵਿੱਚ ਕਰੀਬਨ 5 ਸਾਲ ਤੋਂ ਆ ਰਿਹਾ ਅਤੇ ਆਪਣਾ ਬਾਡੀ ਬਿਲਡਿੰਗ ਮੈਂ ਪ੍ਰੋਫੈਸ਼ਨਲ ਬਾਡੀ ਬਿਲਡਰ ਹਾਂ ਅਤੇ ਮੈਂ ਆਪਣੀ ਹਰ ਸਾਲ ਦੀ ਤਿਆਰੀ ਇਸੀ ਜਿਮ 'ਚ ਕਰਨਾ ਪਰਫੈਕਟ ਮਸ਼ੀਨਾਂ ਹੈ ਪੂਰੀ ਔਰ ਬਹੁਤ ਅੱਛੀ ਤਰੀਕੇ ਸੇ ਗਾਈਡੈਂਸ ਮਿਲਦੀ ਹੈ ਯਹਾਂ ਪਰ ਔਰ ਮੈਂ ਨੈਸ਼ਨਲ ਲੈਵਲ ਏਸ਼ੀਆ ਲੈਵਲ ਤੱਕ ਚੈਂਪੀਅਨਸ਼ਿਪ ਖੇਡਾ ਹੁਆ ਹਾਂ ਔਰ ਇਹ ਜਿਮ ਬਹੁਤ ਔਰ ਥੈਂਕ ਯੂ ਇੰਦਰ ਭਾਜੀ ਐਂਡ ਵੀ ਯੂ ਨੋ ਕੰਗ੍ਰੈਚੁਲੇਟ ਯੂ ਔਰ ਯੂ ਨੋ ਬੀਇੰਗ ਦ ਪ੍ਰਾਈਡ ਆਫ ਦ ਜਿਮ ਐਂਡ ਐਸੇ ਨਾਮ ਚੰਗਾ ਲੱਗਦੇ ਜੀ ਥੈਂਕ ਯੂ ਇਹਨੇ ਸਾਡੇ ਕੋਲ ਪਾਵਾ ਜੀ ਚਲੋ ਭਾਜੀ ਇਹਨਾਂ ਨੂੰ ਮੈਂ ਜਦਾਂ ਵੀ ਵੇਖਿਆ ਜਿਮ 'ਚ ਬਹੁਤ ਡੈਡੀਕੇਟਡਲੀ ਕੰਮ ਕਰਦੇ ਨੇ ਐਂਡ ਤੁਸੀਂ ਵੇਖ ਹੀ ਸਕਦੇ ਹੋ ਨਜ਼ਰ ਵੀ ਆ ਰਿਹਾ ਮੈਂ ਪਿਛਲੇ ਆਲਮੋਸਟ 1 ਸਾਲ ਤੋਂ ਜਿਮ ਜੁਆਇਨ ਕੀਤਾ ਮੇਰਾ ਪੇਟ ਕਾਫੀ ਜੀ ਇੰਪਰੂਵ ਸੀ ਔਰ ਇੱਥੋਂ ਦੀ ਟ੍ਰੇਨਿੰਗ ਇਕਵਿਪਮੈਂਟ ਔਰ ਸਾਡੇ ਕੋਲ ਸਭ ਵੈਰੀ ਹੈਲਪਫੁਲ ਨੇ ਔਰ ਮੈਂ ਹਾਈਲੀ ਰਿਕਮੈਂਡ ਕਰਾਂਗਾ ਕਿ ਤੁਸੀਂ ਵੀ ਜਿਮ ਜੁਆਇਨ ਕਰੋ ਔਰ ਮੇਰੀ ਤਰ੍ਹਾਂ ਆਪਣੇ ਆਪ ਨੂੰ ਬੈਟਰ ਫੀਲ ਕਰਾਓ ਥੈਂਕ ਯੂ ਵੈਰੀ ਮੱਚ ਭਾਜੀ ਥੈਂਕ ਯੂ ਐਂਡ ਕੀਪ ਡੂਇੰਗ ਨੰਬਰ 2 ਥੈਂਕ ਯੂ ਜੀ ਹਾਂ ਜੀ ਅਸੀਂ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਰਜਿੰਦਰ ਸਰ ਸਰ ਤੁਹਾਨੂੰ ਵੇਖ ਕੇ ਲੱਗਦਾ ਨਹੀਂ ਉਮਰ ਬੇਸਿਕਲੀ ਜਿਹੜੇ ਜਿਮ ਆਉਂਦੇ ਨੇ ਜਾਂ ਜਿਹੜੀ ਫਿਟਨੈਸ 'ਤੇ ਆਪਣਾ ਧਿਆਨ ਦਿੰਦੇ ਨੇ ਉਮਰ ਦਾ ਉਹਨਾਂ ਦਾ ਉੱਤੇ ਕੋਈ ਵੀ ਸਾਈਨ ਜਿਹੜਾ ਉਹ ਨਜ਼ਰ ਆਉਂਦਾ ਸਰ ਪਹਿਲੇ ਤੁਸੀਂ ਸਾਡੇ ਵਿਊਵਰਸ ਨੂੰ ਦੱਸੋ ਤੁਹਾਡੀ ਏਜ ਕੀ ਆਫਟਰ ਰਿਟਾਇਰਮੈਂਟ ਵੀ ਬਹੁਤ ਪਾਏ ਨੇ ਆਫਟਰ 60 ਰਾਈਟ ਸਵਿਮਿੰਗ ਸਿੱਖਣ ਵਾਸਤੇ ਜੀ ਜੀ ਕਿਉਂਕਿ ਐਕਸਰਸਾਈਜ਼ ਤੇ ਇਸ ਤਰ੍ਹਾਂ ਐਸੈਂਸ਼ੀਅਲ ਹੈ ਜਿਸ ਤਰ੍ਹਾਂ ਸਾਨੂੰ ਜੀਵਨ ਵਾਸਤੇ ਰੋਟੀ ਦੀ ਲੋੜ ਹੈ ਰਾਈਟ ਔਰ ਐਕਸਰਸਾਈਜ਼ ਕਿਸੇ ਵੀ ਏਜ 'ਚ ਤੁਸੀਂ ਕਰਨੀ ਵੀ ਚਾਹੀਦੀ ਹੈ ਮੈਂ ਕਹਿੰਦਾ ਟਿਲ ਡੈਥ ਬੰਦੇ ਨੂੰ ਮੈਂ ਕਹਿੰਦਾ ਵੈਰੀ ਗੁੱਡ ਸਰ ਆਪਾਂ ਤੁਹਾਡੇ ਕੋਲੋਂ ਤੁਹਾਡੇ ਵੈਲਿਊਏਬਲ ਰਿਵਿਊਜ਼ ਲੈਣਾ ਚਾਹਾਂਗੇ ਤੁਹਾਨੂੰ ਕਿੱਦਾਂ ਫੀਲ ਹੋਇਆ ਇਸ ਜਿਮ 'ਚ ਅਤੇ ਤੁਸੀਂ ਕਦੋਂ ਦੇ ਆ ਰਹੇ ਹੋ ਤੁਸੀਂ ਕੀ ਅਚੀਵ ਕੀਤਾ ਅਤੇ ਤੁਸੀਂ ਸਾਡੇ ਵਿਊਵਰਸ ਨੂੰ ਕੀ ਕਹਿਣਾ ਸਰ ਇਸ ਤਰ੍ਹਾਂ ਮੈਨੂੰ ਕਾਫੀ ਸਾਲ ਹੋ ਗਏ ਨੇ ਜੀ ਐਕਸਰਸਾਈਜ਼ ਦਾ ਕੰਸਰਨ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਦੇਖਿਆ ਹੋਵੇ ਕਿ ਕਾਫੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਜੀ ਉਹ ਜਿਹੜੀ ਲੈਕ ਆਫ ਐਕਸਰਸਾਈਜ਼ ਬਿਲਕੁਲ ਠੀਕ ਹੈ ਐਕਸਰਸਾਈਜ਼ ਅਸੀਂ ਕਰਦੇ ਰਹਿੰਦੇ ਹਾਂ ਜੀ ਜੀ ਅਤੇ ਮੇਰਾ ਵੀ ਖਿਆਲ ਹੈਗਾ ਕਿ
ਤੁਸੀਂ ਸਦਾ ਜਵਾਨ ਰਹਿੰਦੇ ਹੋ, ਮਸਲ ਜਿਹੜੇ ਹੋ ਤੁਹਾਨੂੰ ਇੱਕ ਫੀਲਿੰਗ ਰਹਿੰਦੀ ਹੈ ਕਿ ਯਾਰ ਮੈਂ ਜਿਮ ਜਾ ਰਿਹਾ, ਮੈਂ ਐਕਸਰਸਾਈਜ਼ ਕਰ ਰਿਹਾ, ਤੇ ਆਪਣੀ ਫੀਲਿੰਗ ਕਿਉਂਕਿ ਤੁਸੀਂ ਹੁਣ ਬਾਲੀਵੁੱਡ ਦੇ ਵੀ ਐਕਟਰ ਸਾਡੇ ਬਣਿਆ ਜੀ ਜੀ, ਠੀਕ ਹੈ ਨਾ, ਜਿਹੜੇ ਕਿੰਨੀ ਕਿੰਨੀ ਏਜ ਹੋ ਗਏ ਸਲਮਾਨ ਖਾਨ ਜੀ ਔਰ ਆਪਣਾ ਹਾਲੀਵੁੱਡ ਦੇ ਵੈਸੇ ਵੀ ਮੇਰੇ ਵਰਗੇ ਇਹਦੇ ਚੌਥੇ ਹੀਰੋ ਆ ਰਹੇ ਹੈ ਬਿਲਕੁਲ, ਠੀਕ ਹੈ ਨਾ, ਰਾਈਟ, ਤੇ ਮੇਰਾ ਖਿਆਲ ਹੈ ਬੰਦੇ ਨੂੰ ਐਨ ਤੱਕ ਆਪਣੇ ਅੰਦਰੋਂ ਕੁਝ ਰਹਿਣਾ ਚਾਹੀਦਾ ਨਾ, ਔਰ ਆਪਣੀ ਐਪ ਦੀਆਂ ਤੁਹਾਡੀਆਂ ਡਿਜ਼ਾਇਰ ਵੀ ਹੋਣੀ ਚਾਹੀਦੀ ਕਿ ਯਾਰ ਮੈਂ ਲੁਕਿੰਗ ਸਮਾਰਟ ਹੋ ਜਾਵਾਂ, ਠੀਕ ਹੈ ਨਾ, ਔਰ ਘਰੋਂ ਜਦੋਂ ਮੈਂ ਨਿਕਲਾਂ ਤਾਂ ਮੈਂ ਕਿਸੇ ਨੂੰ ਘੱਟ ਨਹੀਂ, ਠੀਕ ਹੈ ਨਾ, ਹਰ ਏਜ ਦੇ ਵਿੱਚ ਐਕਸਰਸਾਈਜ਼ ਕੀਤੀ ਜਾ ਸਕਦੀ ਹੈ, ਮੇਰਾ ਹਰੇਕ ਨੂੰ ਇਹੋ ਮੈਸੇਜ ਹੈ ਕਿ ਬਿਲਕੁਲ ਘਰ ਬੈਠ ਕੇ ਆਪਣੇ ਸਰੀਰ ਨੂੰ ਨਕਾਰਾ ਨਾ ਕਰੀਏ ਅਤੇ ਅਸੀਂ ਜਿਮ ਜੁਆਇਨ ਕਰੀਏ, ਹੋਰ ਵੀ ਜਿਹੜੇ ਕੋਈ ਹੈਗੇ ਜੇ ਸਵਿਮਿੰਗ ਦਾ ਸ਼ੌਕ ਹੈ ਤਾਂ ਸਵਿਮਿੰਗ ਵੀ ਜ਼ਰੂਰ ਸਾਨੂੰ ਕਰੀਏ, ਜਾ ਕਰ ਦੇਖੀਏ ਓਵਰਆਲ ਫਿਟਨੈਸ ਦਾ ਸਾਨੂੰ ਧਿਆਨ ਦੇਣਾ ਜੀ, ਬਿਲਕੁਲ ਬਿਲਕੁਲ ਜੀ, ਅਸੀਂ ਮਤਲਬ ਹੈਲਦੀ ਬਾਡੀ ਹੋਏਗੀ ਨਾ, ਹੈਲਦੀ ਮਾਈਂਡ ਹੋਏਗੀ, ਬਿਲਕੁਲ, ਔਰ ਖਾਸ ਕਰਕੇ ਅੱਜ ਕੱਲ੍ਹ ਦੇ ਯੰਗਸਟਰ ਨੂੰ ਮੈਂ ਕਹਾਂਗਾ ਰਾਈਟ, ਜਿਹੜੇ ਕਿ ਸਿਰਫ ਪੜ੍ਹਦੇ ਹੀ ਆ ਜੀ, ਮੈਂ ਕਹਾਂਗਾ ਇੱਕ ਡੇਢ ਘੰਟਾ ਆਪਣੀ ਬਾਡੀ ਵਾਸਤੇ ਜ਼ਰੂਰ ਦਿਓ, ਰਾਈਟ, ਤੋਂ ਹੈਲਦੀ ਬਾਡੀ ਹੈਲਦੀ ਮਾਈਂਡ, ਰਾਈਟ, ਡਿਵੈਲਪਮੈਂਟ ਵੀ ਜੇ ਤੁਹਾਡੀ ਮਤਲਬ ਫਿਜੀਕਲੀ ਹੁੰਦੀ ਹੈ ਤੁਹਾਡੀ ਮੈਂਟਲੀ ਮੈਂਟਲੀ ਵੀ ਡਿਵੈਲਪ ਹੁੰਦੀ ਹੈ, ਔਰ ਤੁਸੀਂ ਜਿੱਦਾਂ ਫਿਜੀਕਲੀ ਫਿੱਟ ਹੋਗੇ ਉਹਨਾਂ ਦੀ ਪੜ੍ਹਾਈ ਵੀ ਹੁੰਦੀ ਹੈ, ਵੈਰੀ ਗੁੱਡ, ਰਾਈਟ, ਤੇ ਤੁਹਾਨੂੰ ਕਿੱਦਾਂ ਦਾ ਲੱਗਿਆ ਸਰ ਇਸ ਜਿਮ 'ਚ ਆ ਕੇ ਤੇ ਤੁਸੀਂ ਕੀ ਰეკਮੈਂਡ ਕਰੋਗੇ? ਦੇਖੋ ਜੀ ਮੈਂ ਦੇਖੋ ਰეკਮੈਂਡ ਕਰਾਂਗਾ ਕਿ ਇਹ ਜਿਮ ਦੇ ਟ੍ਰੇਨਰ ਨੇ ਜੀ ਬਹੁਤ ਹੀ ਵਧੀਆ ਨੇ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਟ੍ਰੇਨਿੰਗ ਦਿੰਦੇ ਨੇ ਔਰ ਕਾਫੀ ਸਾਲਾਂ ਤੋਂ ਇੱਥੇ ਟ੍ਰੇਨਰ ਨੇ, ਰਾਈਟ, ਮੇਰਾ ਬੇਟਾ ਵੀ ਹੁਣ ਇੱਥੇ ਜਿਮ ਚ ਆਉਂਦਾ, ਰਾਈਟ, ਉਹ ਵੀ ਇੱਥੇ ਟ੍ਰੇਨਿੰਗ ਲੈ ਰਿਹਾ ਉਹਨਾਂ ਕੋਲੋਂ, ਉਹਨਾਂ ਦੇ ਅੰਦਰ ਹੀ ਕਰ ਰਹੀ ਹੈ ਔਰ ਮੈਂ ਵੀ ਉਹਨਾਂ ਕੋਲ ਟਾਈਮ ਟੂ ਟਾਈਮ ਜਿਹੜੀ ਜਿਹੜੀ ਚੀਜ਼ ਮੈਨੂੰ ਰਿਕੁਆਇਰਮੈਂਟ ਹੈ ਮੈਂ ਉਹਨਾਂ ਕੋਲ ਜਾ ਕੇ ਪੁੱਛਦਾ, ਉਹਨਾਂ ਨੇ ਮੇਰਾ ਪੂਰਾ ਸ਼ਡਿਊਲ ਬਣਾਇਆ, ਰਾਈਟ, ਮੈਂ ਉਹਨਾਂ ਦੇ ਮੁਤਾਬਕ ਹੀ ਐਕਚੁਅਲੀ ਕਰਦਾ, ਔਰ ਮੈਨੂੰ ਸਵਿਮਿੰਗ ਦੀ ਜ਼ਿਆਦਾ ਨੌਲੇਜ ਹੈ ਲੇਕਿਨ ਜਿਮ ਦੇ ਇੰਸਟ੍ਰਕਟਰ ਉਹਨੇ ਜਿਮ ਦੀ ਐਕਸਰਸਾਈਜ਼ ਉਹਨਾਂ ਨੂੰ ਜ਼ਿਆਦਾ ਨੌਲੇਜ ਮੈਂ ਉਹਨਾਂ ਕੋਲ ਪੁੱਛਦਾ। ਤੁਸੀਂ ਇੱਕ ਲਾਈਵ ਐਗਜ਼ਾਮਪਲ ਹੋ ਜਿੱਥੋਂ ਕਿ ਪਤਾ ਲੱਗਦਾ ਹੈ ਕਿ ਏਜ ਹੈਜ਼ ਨੋ ਬਾਰ, ਨੋ ਫਿਟਨੈਸ ਹੈਜ਼ ਨੋ ਬਾਰ, ਅਤੇ ਹਰ ਏਜ 'ਚ ਹਰ ਟਾਈਮ 'ਤੇ ਸਾਨੂੰ ਫਿਟਨੈਸ ਦਾ ਆਪਣਾ ਉਹਨਾਂ ਹੀ ਖਿਆਲ ਰੱਖਣਾ, ਬਿਲਕੁਲ ਬਿਲਕੁਲ, ਬਹੁਤ ਵਧੀਆ ਲੱਗਾ ਸਰ ਤੁਹਾਨੂੰ ਮਿਲ ਕੇ, ਪਲੀਜ਼ ਕੈਰੀ ਔਨ, ਥੈਂਕ ਯੂ। ਆਓ ਜੀ ਤੁਹਾਨੂੰ ਮਿਲਾਉਂਦੇ ਰਜਿੰਦਰ ਜੀ ਦੇ ਬੇਟੇ ਨਾਲ ਜਿਹੜੇ ਕਿ ਇਕੁਅਲੀ ਫਿੱਟ ਨੇ ਆਪਣੇ ਫਾਦਰ ਨਾਲ, ਐਂਡ ਹੈਲੋ ਜੀ, ਹੈਲੋ, ਹਾਊ ਆਰ ਯੂ? ਆਮ ਫਾਈਨ। ਉਜਵਲ ਜੀ, ਆਪ ਪਲੀਜ਼ ਹਮਾਰੇ ਵਿਊਅਰਸ ਕੋ ਬਤਾਈਏ, ਆਪ ਆਪਣੇ ਫਾਦਰ ਦੋਨੋਂ ਕਿੰਨੇ ਟਾਈਮ ਸੇ ਜਿਮ ਮੇਂ ਆ ਰਹੇ ਹੈਂ? ਹਮ ਲਾਸਟ 10 ਇਅਰਸ ਸੇ ਯੇ ਜਿਮ ਮੇਂ ਆ ਰਹੇ ਹੈਂ। ਵੈਰੀ ਗੁੱਡ। ਔਰ ਮੈਂ ਜੈਸੇ ਆਪਕੋ ਬਤਾਇਆ ਕਿ ਮੈਂ ਨੈਸ਼ਨਲ ਮੈਡਲ ਹੋਲਡਰ ਸਵਿਮਿੰਗ ਕਾ, ਜੀ ਜੀ, ਔਰ ਹਮਾਰੀ ਜੋ ਸਵਿਮਿੰਗ 6 ਮੰਥ ਮੈਕਸ ਚਲ ਪਾਤੀ ਹੈ, ਜੀ ਜੀ, ਕਿਉਂਕਿ ਇਧਰ ਪੰਜਾਬ ਮੈਂ ਆਪਕੋ ਵੈਦਰ ਕੰਡੀਸ਼ਨ ਕਾ ਪਤਾ ਹੈ ਕਿ ਕੈਸੀ ਹੈ, ਰਾਈਟ ਰਾਈਟ, ਤੋ ਫਿਰ ਹਮਾਰੇ ਕੋ ਸਟਰੈਂਥ ਔਰ ਸਟੈਮਿਨਾ ਆਪਣਾ ਮੇਨਟੇਨ ਕਰਨੇ ਕੇ ਲੀਏ, ਜੀ, ਜਿਮ ਇਹ ਇੱਕ ਚੀਜ਼ ਹੈ ਜਹਾਂ ਪੇ ਆ ਗਏ ਹਮ ਸਟਰੈਂਥ ਔਰ ਸਟੈਮਿਨਾ ਮੇਨਟੇਨ ਕਰ। ਇਹ ਬਹੁਤ ਅੱਛੀ ਚੀਜ਼ ਆਪਨੇ ਹਮਾਰੇ ਵਿਊਅਰਸ ਕੋ ਬਤਾਈ, ਕਿਉਂਕਿ ਤਕਰੀਬਨ ਹਮੇ ਹਮੇਸ਼ਾ ਇਹਨੂੰ ਵਿਊਅਰ ਸਮਝਦੇ ਹੈ ਕਿ ਅਗਰ ਆਪ ਇੱਕ ਫੋਰਮ ਆਫ ਐਕਸਰਸਾਈਜ਼ ਕਰ ਰਹੇ ਹੋ ਤਾਂ ਜਿਮ ਕਿੰਨਾ ਇੰਪੋਰਟੈਂਟ ਹੈ। ਜਿਮ ਬਹੁਤ ਇੰਪੋਰਟੈਂਟ ਹੈ, ਲਾਈਕ ਜੈਸੇ ਮੇਰੀ ਗੇਮ ਹੈ ਸਵਿਮਿੰਗ, ਜੀ, ਅਗਰ ਮੈਂ ਜਿਮਿੰਗ ਨਹੀਂ ਕਰਦਾ ਤਾਂ ਮੇਰੇ ਮਸਲ ਬ੍ਰੇਕ ਹੋ ਸਕਦੇ ਹੈ, ਜੀ, ਮੇਰੇ ਜੋ ਮਸਲ ਟਿਸ਼ੂਜ਼ ਹੈ ਉਹ ਟੀਅਰ ਹੋ ਸਕਦੇ ਹੈ, ਬਹੁਤ ਦਿੱਕਤ ਆਉਂਦੀ ਹੈ। ਈਵਨ ਜਦ ਹਮਾਰੀ ਸਮਰ ਚੱਲ ਰਹੀ ਹੁੰਦੀ ਹੈ ਸਵਿਮਿੰਗ ਜਬ ਕਰ ਰਹੇ ਹੁੰਦੇ ਹਾਂ, ਜੀ, ਤਬ ਵੀ ਜਿਮਿੰਗ ਬਹੁਤ ਇੰਪੋਰਟੈਂਟ ਹੈ, ਕਿਉਂਕਿ ਸਵਿਮਿੰਗ ਹਮਾਰੇ ਕੋ ਸਟਰੈਂਥ ਦੇਤੀ ਹੈ, ਜੀ, ਔਰ ਸਵਿਮਿੰਗ ਸੇ ਸਟੈਮਿਨਾ ਔਰ ਸਟਰੈਂਥ ਦੋਨੋਂ ਮਿਲ ਰਹੀ ਹੈ, ਬਟ ਹਮਾਰਾ ਮਸਲ ਬ੍ਰੇਕ ਹੋਣੇ ਕਾ ਬਹੁਤ ਚਾਂਸ ਹੁੰਦਾ ਹੈ, ਔਰ ਜਿਮ ਹਮਾਰਾ ਮਸਲ ਸਟਰੋਂਗ ਰੱਖਦਾ ਹੈ, ਉਸ ਟਾਈਮ ਹਮਾਰੇ ਕੋ ਦਿੱਕਤ ਨਹੀਂ ਆਉਂਦੀ। ਵੈਰੀ ਗੁੱਡ, ਵੈਰੀ ਗੁੱਡ। ये हमारे गगन मैडम हैं, ये हमारे 5-7 साल से मेंबर हैं, हम इनसे पूछते हैं कि हमारा जिम कैसे लग पाए। जिम बहुत ही अच्छा है, लेकिन मैं 5-6 सालों से ज्वाइन किया हूँ, मैंने काफ़ी वेट लूज़ किया है, 80 किलो था मेरा वेट, लाइक अब 20 किलो मैंने लूज़ किया, और कुछ सर बहुत अच्छी ट्रेनिंग कराते हैं और सर्विसेज भी जिम की बहुत ही अच्छी है। साढ़े बलविंदर सिंह जी ये कैनेडा तो है, जो भी इंडिया आते हैं साढ़े जिम से आते हैं ਆਪਾਂ ਇਹਨਾਂ ਕੋਲ ਆਪਣੇ ਨਾਲ ਰਿਵਿਊ ਲੈਂਦੇ ਹਾਂ। ਹਾਂਜੀ ਸਰ, ਹਾਂਜੀ ਕੁਸ਼ਲ ਸਰ, ਬਹੁਤ ਅੱਛੀ ਟ੍ਰੇਨਿੰਗ ਕਰਦੇ ਅਸੀਂ ਜਦੋਂ ਵੀ ਕੈਨੇਡਾ ਤੋਂ ਹੁੰਦੇ, ਮੈਂ ਮੇਰੇ ਵਾਈਫ ਚਾਹੇ 15 ਦਿਨ ਲਈ ਆਈ ਚਾਹੇ 20 ਦਿਨ ਲਈ ਆਈ, ਅਸੀਂ ਇਹਨਾਂ ਦਾ ਹੀ ਜਿਮ ਜੁਆਇਨ ਕਰਦੇ, ਬਿਕੋਜ਼ ਇਹਨਾਂ ਦੇ ਟ੍ਰੇਨਰ, ਇਹਨਾਂ ਦਾ ਐਟਮੋਸਫੇਅਰ, ਇਹਨਾਂ ਦੀ ਕਲੀਨਿੰਗ ਬੜੀ ਅੱਛੀ ਲੱਗਦੀ ਹੈ, ਸਾਨੂੰ ਬਹੁਤ ਅੱਛੇ ਟ੍ਰੇਨ ਕਰਦੇ ਨੇ। ਇੱਕ ਤਾਂ ਹੁੰਦਾ ਵੀ ਨੋਰਮਲੀ ਇੱਕ ਟ੍ਰੇਨਿੰਗ ਕਰਨਾ